ਇੰਨਾ ਨਾ ਗਾਹ ਲਿਆ ਦੀ ਲਾਗਤ ਦੇ ਨਾਲ ਬਣੀ ਇੱਕ ਨਹਿਰ ਦੇ ਵਿੱਚ ਪਾੜ ਪੈ ਗਿਆ। ਦੱਸ ਦਈਏ ਕਿ 20 ਦਿਨ ਪਹਿਲਾਂ ਹੀ ਇਹ ਨਹਿਰ ਬਣੀ ਸੀ ਅਤੇ 4 ਦਿਨ ਪਹਿਲਾਂ ਇਸ ਦੇ ਵਿੱਚ ਪਾਣੀ ਛੱਡਿਆ ਗਿਆ ਤੇ ਪਾਣੀ ਛੱਡਣ ਤੋਂ 4th ਦਿਨ ਹੀ ਕਿਹਾ ਜਾ ਰਿਹਾ ਕਿ ਇਸ ਨਹਿਰ ਦੇ ਵਿੱਚ 40 ਫੁੱਟ ਦਾ ਪਾੜ ਪੈ ਗਿਆ, ਜਿਸ ਦੇ ਕਾਰਨ ਕਿਸਾਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਹੈ। ਤਾਂ ਵੱਡੇ ਇਲਜ਼ਾਮ ਜੋ ਨੇ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਘਟੀਆ ਮਟੀਰੀਅਲ ਜੋ ਹੈ ਇਸ ਨਹਿਰ ਦੇ ਵਿੱਚ ਵਰਤਿਆ ਗਿਆ, ਜੋ ਕਿ ਪਹਿਲੇ ਹੀ ਪਾਣੀ ਦੇ ਝੋਕੇ ਨੂੰ ਸਹਿ ਨਹੀਂ ਪਾਇਆ ਅਤੇ ਕਈ ਥਾਵਾਂ ਦੇ ਉੱਤੋਂ ਇਹ ਨਹਿਰ ਟੁੱਟ ਗਈ, ਜਿਸ ਦੇ ਕਾਰਨ ਪਿੰਡਾਂ ਦੇ ਪਿੰਡ ਤਬਾਹ ਹੋਣ ਦਾ ਹੁਣ ਖਤਰਾ ਮੰਡਰਾ ਰਿਹਾ, ਕਿਉਂਕਿ 40 ਫੁੱਟ ਦਾ ਨਹਿਰ ਦੇ ਵਿੱਚ ਪਾੜ ਪਿਆ। ਤਾਂ 20 ਦਿਨ ਪਹਿਲੇ ਹੀ ਇਹ ਨਹਿਰ ਬਣੀ ਸੀ ਤੇ 4 ਦਿਨ ਪਹਿਲੇ ਇਸ ਦੇ ਵਿੱਚ ਪਾਣੀ ਛੱਡਿਆ ਗਿਆ ਸੀ ਤੇ ਕਿਹਾ ਜਾ ਰਿਹਾ ਕਿ ਓਵਰਫਲੋ ਦੇ ਕਾਰਨ ਇਹ ਨਹਿਰ ਟੁੱਟੀ ਹੈ। ਤਾਂ ਵੱਡੇ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਕਿਸਾਨ ਖੁਦ ਹੀ ਮੌਕੇ ਦੇ ਉੱਤੇ ਹੁਣ ਪਾੜ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਨੇ। ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਲਾਲਾਬਾਦ ਨਹਿਰ ਦੀਆਂ, ਜਿਸ ਦੇ ਵਿੱਚ 40 ਫੁੱਟ ਦਾ ਪਾੜ ਪਿਆ ਤੇ ਕਿਸਾਨਾਂ ਦੀ ਸਾਰੀ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ। ਪਸ਼ੂਆਂ ਦੇ ਲਈ ਚਾਰਾ ਬੀਜਿਆ ਹੋਇਆ ਸੀ, ਸਾਰਾ ਹੀ ਤਬਾਹ ਹੋ ਗਿਆ। ਤਾਂ ਦੱਸ ਦਈਏ ਕਿ ਵੱਡੀ ਖਬਰ ਹੈ ਫਿਰੋਜ਼ਪੁਰ ਤੋਂ ਸਾਹਮਣੇ ਆਈ, ਜਿੱਥੇ ਕਿ ਜਲਾਲਾਬਾਦ ਨਹਿਰ ਟੁੱਟੀ ਹੈ ਅਤੇ 40 ਫੁੱਟ ਦਾ ਵਿੱਚ ਪਾੜ ਪਿਆ। ਕਰੋੜਾਂ ਰੁਪਏ ਦੀ ਲਾਗਤ ਨਾਲ 20 ਦਿਨ ਪਹਿਲਾਂ ਹੀ ਇਹ ਨਹਿਰ ਤਿਆਰ ਹੋਈ ਸੀ ਤੇ ਹੁਣ ਇਸ ਦੇ ਵਿੱਚ 40 ਫੁੱਟ ਦਾ ਪਾੜ ਪੈ ਗਿਆ। ਇੰਨਾ ਨਾ ਗਾਹ ਲਿਆ ਰੁਪਏ ਦੀ ਲਾਗਤ ਦੇ ਨਾਲ ਬਣੀ ਇੱਕ ਨਹਿਰ ਦੇ ਵਿੱਚ ਪਾੜ ਪੈ ਗਿਆ। ਦੱਸ ਦਈਏ ਕਿ 20 ਦਿਨ ਪਹਿਲਾਂ ਹੀ ਇਹ ਨਹਿਰ ਬਣੀ ਸੀ ਅਤੇ 4 ਦਿਨ ਪਹਿਲਾਂ ਇਸ ਦੇ ਵਿੱਚ ਪਾਣੀ ਛੱਡਿਆ ਗਿਆ ਤੇ ਪਾਣੀ ਛੱਡਣ ਤੋਂ 4th ਦਿਨ ਹੀ ਕਿਹਾ ਜਾ ਰਿਹਾ ਕਿ ਇਸ ਨਹਿਰ ਦੇ ਵਿੱਚ 40 ਫੁੱਟ ਦਾ ਪਾੜ ਪੈ ਗਿਆ, ਜਿਸ ਦੇ ਕਾਰਨ ਕਿਸਾਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਹੈ। ਤਾਂ ਵੱਡੇ ਇਲਜ਼ਾਮ ਜੋ ਨੇ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਘਟੀਆ ਮਟੀਰੀਅਲ ਜੋ ਹੈ ਇਸ ਨਹਿਰ ਦੇ ਵਿੱਚ ਵਰਤਿਆ ਗਿਆ, ਜੋ ਕਿ ਪਹਿਲੇ ਹੀ ਪਾਣੀ ਦੇ ਝੋਕੇ ਨੂੰ ਸਹਿ ਨਹੀਂ ਪਾਇਆ ਅਤੇ ਕਈ ਥਾਵਾਂ ਦੇ ਉੱਤੋਂ ਇਹ ਨਹਿਰ ਟੁੱਟ ਗਈ, ਜਿਸ ਦੇ ਕਾਰਨ ਪਿੰਡਾਂ ਦੇ ਪਿੰਡ ਤਬਾਹ ਹੋਣ ਦਾ ਹੁਣ ਖਤਰਾ ਮੰਡਰਾ ਰਿਹਾ, ਕਿਉਂਕਿ 40 ਫੁੱਟ ਦਾ ਨਹਿਰ ਦੇ ਵਿੱਚ ਪਾੜ ਪਿਆ। ਤਾਂ 20 ਦਿਨ ਪਹਿਲੇ ਹੀ ਇਹ ਨਹਿਰ ਬਣੀ ਸੀ ਤੇ 4 ਦਿਨ ਪਹਿਲੇ ਇਸ ਦੇ ਵਿੱਚ ਪਾਣੀ ਛੱਡਿਆ ਗਿਆ ਸੀ ਤੇ ਕਿਹਾ ਜਾ ਰਿਹਾ ਕਿ ਓਵਰਫਲੋ ਦੇ ਕਾਰਨ ਇਹ ਨਹਿਰ ਟੁੱਟੀ ਹੈ। ਤਾਂ ਵੱਡੇ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਕਿਸਾਨ ਖੁਦ ਹੀ ਮੌਕੇ ਦੇ ਉੱਤੇ ਹੁਣ ਪਾੜ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਨੇ। ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਲਾਲਾਬਾਦ ਨਹਿਰ ਦੀਆਂ, ਜਿਸ ਦੇ ਵਿੱਚ 40 ਫੁੱਟ ਦਾ ਪਾੜ ਪਿਆ ਤੇ ਕਿਸਾਨਾਂ ਦੀ ਸਾਰੀ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ। ਪਸ਼ੂਆਂ ਦੇ ਲਈ ਚਾਰਾ ਬੀਜਿਆ ਹੋਇਆ ਸੀ, ਸਾਰਾ ਹੀ ਤਬਾਹ ਹੋ ਗਿਆ। ਤਾਂ ਦੱਸ ਦਈਏ ਕਿ ਵੱਡੀ ਖਬਰ ਹੈ ਫਿਰੋਜ਼ਪੁਰ ਤੋਂ ਸਾਹਮਣੇ ਆਈ, ਜਿੱਥੇ ਕਿ ਜਲਾਲਾਬਾਦ ਨਹਿਰ ਟੁੱਟੀ ਹੈ ਅਤੇ 40 ਫੁੱਟ ਦਾ ਵਿੱਚ ਪਾੜ ਪਿਆ। ਕਰੋੜਾਂ ਰੁਪਏ ਦੀ ਲਾਗਤ ਨਾਲ 20 ਦਿਨ ਪਹਿਲਾਂ ਹੀ ਇਹ ਨਹਿਰ ਤਿਆਰ ਹੋਈ ਸੀ ਤੇ ਹੁਣ ਇਸ ਦੇ ਵਿੱਚ 40 ਫੁੱਟ ਦਾ ਪਾੜ ਪੈ ਗਿਆ।